ਰਾਮ ਰਾਮ ਜੀ ਸਾਰੇ ਵੀਰ ਭਰਾਵਾਂ ਨੂੰ। ਆਪਾਂ ਇਹ ਪਿੰਡ ਕਾਮੀ ਖੜ੍ਹੇ ਹਾਂ ਜੀ, ਮੇਨ ਰੋਡ 'ਤੇ। ਇਹ ਦੁਕਾਨ ਹੈ ਕਰਿਆਨੇ ਦੀ, ਜਿੱਥੇ ਕਿ ਰਾਤੀ 12 ਵਜੇ ਅੱਗ ਲੱਗੀ ਸੀ। ਮੈਨੂੰ ਹੁਣੇ ਸਵੇਰੇ ਸਵੇਰੇ ਹੀ ਫੋਨ ਆਇਆ ਸੀ, ਤਾਂ ਮੈਂ ਇੱਥੇ ਆਇਆ ਜੀ ਮੌਕੇ 'ਤੇ। ਇਹਦੇ 'ਚ ਇੱਕ ਖਾਸ ਗੱਲ ਇਹ ਹੈ ਕਿ ਜਿਹੜੇ ਦੁਕਾਨ ਦੇ ਮਾਲਕ ਹੈਗੇ ਆ, ਇਹ ਥੋੜ੍ਹੀ ਪਿੱਛੇ ਹੋ ਜਾਓ ਜੀ। ਇਹ ਨੁਕਸਾਨ ਦੇਖੋ ਕਾਫੀ ਹੋਇਆ ਹੋਇਆ। ਇਹਨਾਂ ਦਾ ਕਹਿਣਾ ਕਿ ਜਿਹੜੀ ਅੱਗ ਹੈ ਇਹ ਕਿਸੇ ਵੱਲੋਂ ਲਗਾਈ ਗਈ ਹੈ, ਇਹ ਮਾਲਕ ਨੇ ਦੁਕਾਨ ਦੇ। ਹਾਂਜੀ ਵੀਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਗ ਲੱਗੀ ਹੈ? ਸਰ ਇਹ ਮੁੰਡਾ ਸਾਡੇ ਪਿੰਡ ਦਾ ਕੰਮ ਹੀ ਦਾ ਜੀ, ਫੈਕਟਰੀ ਨਵਾਂ ਜੀ ਦਾ। ਇਸਨੇ ਅੱਗ ਰਾਤ 12 ਵਜੇ ਲਗਾਈ ਹੈ ਜੀ, ਇਹ ਭਰਾ ਨੇ ਦੇਖਿਆ ਜੀ। ਕਿਹੜੇ ਨੇ ਇਹਨਾਂ ਨੇ? ਹਾਂਜੀ ਇਹਨਾਂ ਨੇ। ਕੀ ਨਾਮ ਹੈ ਜੀ ਆਪਣਾ? ਕੁਲਵਿੰਦਰ ਨਵਾਂ ਜੀ। ਮੈਂ 12 ਵਜੇ ਉੱਠਿਆ ਜੀ ਅੰਦਰ ਦੇ ਪਿਸ਼ਾਬ ਕਰਨ, ਤੋਂ ਮੈਨੇ ਦੇਖਿਆ ਜੀ ਹੈਪੀ ਮੁੰਡਾ ਅੱਗ ਲਾ ਰਿਹਾ ਜੀ, ਭੱਜ ਗਿਆ ਜੀ। ਠੀਕ ਹੈ ਜੀ। ਨਹੀਂ ਅੱਗ ਉਹਨਾਂ ਸ਼ਟਰ ਦੇ ਥੱਲਿਓਂ ਦੀ ਲਾਈ ਹੈ, ਲਾਈ ਹੈ ਜੀ। ਹੈ ਥੱਲੇ ਜੀ ਲਾਈ ਆ। ਤੁਸੀਂ ਅੱਗ ਲਗਾਉਂਦੇ? ਅੱਗ ਲੱਗ ਜਾਏ ਥੱਲੇ ਹੱਥ ਪੈ ਜਾ ਨਾ, ਦੂਆ ਮੋਮਤ ਆ ਜੀ ਉਹ ਜਿਹੜਾ ਆਪਣਾ ਉਹ ਕਰਾਂ ਜੀ ਜਿਹਨੂੰ ਲਿਖ ਰਹਾ ਅਤੇ ਉਹ ਬੈਟਰਾ ਬੂਟਰਾ ਵੀ ਚੱਲਾ ਜੀ ਮੋਮ ਜਿਹਾ, ਅਤੇ ਤਾਲਾ ਲਾ ਕੇ ਨਾ ਬਲਕਾ ਉਹ ਜੁੜੇ ਪਏ ਦੇ ਜੀ ਰੜਕੇ ਸਾਰੇ ਕਾਊਂਟਰ ਪੈ ਗਏ ਚਿੰਤਾ ਨੂੰ ਪਾ ਦੇ ਫਿਊਲ ਹੁੰਦਾ ਹੈ ਨਾ ਜੀ। ਅੱਛਾ ਇਹ ਕਿਉਂ ਲਗਾਈ ਹੈ ਨਾ ਕਿ ਇਹਦੇ ਤੁਹਾਡੇ ਨਾਲ ਕੀ ਇਹਦੀ ਕੋਈ ਪੁਰਾਣੀ ਪਹਿਲੀ ਪੁਰਾਣੀ ਦੁਸ਼ਮਣੀ ਤੀ ਜੀ, ਕੋਈ ਮਾਰੀ ਗੱਲ ਪਹਿਲਾਂ ਲਾਗ ਡਰਤੀ ਜੀ। ਅੱਛਾ ਜੀ ਹਾਂਜੀ, ਇਸ ਕਰਕੇ ਇਹਨੇ ਅੱਗ ਲਗਾਈ ਆ। ਪਹਿਲਾਂ ਵੀ ਉਹਦਾ ਬੈਠੇ ਤੇ ਜੀ ਬੱਚੇ ਨੇ ਇਹਨੂੰ ਬੋਲਦਾ ਗਿਆ ਸਾਨੂੰ ਦੁਕਾਨ ਤੋਂ ਬਿਠਾਉਣਾ ਵੀ ਤੁਹਾਨੂੰ ਕੱਲ੍ਹ ਬੋਲਦਾ ਗਿਆ। ਕਿੰਨੇ ਵਜੇ? ਉਹ ਬੋਲ ਕੇ ਗਿਆ ਜੀ 10-11 ਵਜੇ ਬੋਲ ਕੇ ਗਏ ਦੋ ਬਾਬ ਉੱਤੇ ਗਾਲਾਂ ਕੱਢੀਆਂ ਉਹਨਾਂ ਨੇ ਮਾਈਕਾਂ ਨੇ ਜੀ ਕਾਫਰਾ ਜਮਾਈ ਜੀ। ਉਹਦਾ ਫਾਦਰ ਵੀ ਨਾਲ ਸੀ ਉਹਦੇ? ਹਾਂ ਜੀ ਫਾਦਰ ਵੀ ਖੜੇ ਤਾ ਜੀ। ਥਾਣਾ ਘਨੌਰ ਵੱਲੋਂ ਕੋਈ ਮੁਲਾਜ਼ਮ ਆਇਆ ਕੰਪਲੇਂਟ ਕਰਾਈ ਹੈ ਤੁਸੀਂ? ਤੇ ਜੀ ਕਰਾਈ ਸੀ ਕੰਪਲੇਂਟ, ਦੋ ਵਾਰੀ ਆਇਆ ਘਨੌਰ ਥਾਣੇ ਜੀ, ਕੋਈ ਨਹੀਂ ਆਇਆ ਜੀ। ਠੀਕ ਹੈ ਜੀ, ਮੈਂ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜੀ। ਨਹੀਂ ਤੁਸੀਂ ਕੀ ਚਾਹੁੰਦੇ ਹੋ ਜੀ? ਅਸੀਂ ਚਾਹੁੰਦੇ ਹਾਂ ਜੀ ਸਾਡੇ 1.5 ਲੱਖ ਦਾ ਨੁਕਸਾਨ ਭਰਿਆ ਜਾ ਜੀ। ਹਾਂਜੀ ਨੁਕਸਾਨ ਭਰ ਦੇ ਜੀ, 1.5 ਲੱਖ ਰੁਪਇਆ ਭਰ ਦੇ ਜੀ ਕੋਈ ਅਸੀਂ। ਠੀਕ ਹੈ ਜੀ। ਉਹ ਜੀ ਆ ਜਿਹੜੀ ਅੱਗ ਲੱਗੀ ਹੋਈ ਆ ਦੁਕਾਨ 'ਚ, ਤੁਸੀਂ ਦੇਖ ਹੀ ਰਹੇ ਹੋ ਵੀਰ ਜੀ ਸਾਰੇ ਵੀਰ ਭਰਾ। ਇਹਨਾਂ ਦਾ ਕਹਿਣਾ ਹੈ ਕਿ 1.5 ਲੱਖ ਰੁਪਏ ਦਾ ਨੁਕਸਾਨ ਹੈ, ਅਤੇ ਦੁਕਾਨ 'ਚ ਜਿਹੜੀ ਅੱਗ ਲਗਾਈ ਗਈ ਹੈ ਉਹ ਕਿਸੇ ਵੱਲੋਂ ਲਗਾਈ ਹੈ, ਨਾਮ ਇਹਨਾਂ ਨੇ ਲਿੱਤਾ ਹੀ ਹੈ ਵੀਡੀਓ ਦੇ ਵਿੱਚ। ਥਾਣਾ ਘਨੌਰ ਦੇ ਵਿੱਚ ਕੰਪਲੇਂਟ ਦਰਜ ਕਰਾ ਦਿੱਤੀ ਗਈ ਹੈ ਜੀ। ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਦੇਖਦੇ ਹਾਂ। ਇਹ ਨਾਲ ਹੀ ਇਹਨਾਂ ਦਾ ਘਰ ਹੈ ਜੀ, ਇਹ ਪਰਿਵਾਰ ਖੜ੍ਹਾ ਇਹਨਾਂ ਦਾ, ਇਹ ਨਾਲ ਹੀ ਦੁਕਾਨ ਹੈ। ਇਹ ਦੁਕਾਨ ਵੀ ਆਪਣੀ ਹੈ ਜੀ। ਓਕੇ ਜੀ।